ਇੱਕ ਸੁਣਾਓ ਮੈਨੂੰ ਕਿ ਇੱਕ ਦੱਸੋ ਰਸ ਤਬਾਹ ਹੋਇਆ ਇਸ ਮੁਲਕ ਜਿੰਨੇ ਵੀ ਇਸ ਮੁਲਕ ਦੇ ਨਾਲ ਡਕੈਤੀ ਕੀਤੀ ਹੈ ਚੋਰੀ ਕੀਤੀ ਹੈ ਉਹ ਤਬਾਹ ਹੋ ਗਿਆ ਜ਼ਲੀਲ ਹੋਇਆ ਖਵਾਰ ਹੋਇਆ ਕੋਈ ਇੱਕ ਮਿਸਾਲ ਦਿਓ ਮੈਨੂੰ ਨਵਾਜ਼ ਸ਼ਰੀਫ ਫਰੀਦ ਨਵਾਜ਼ ਸ਼ਰੀਫ ਆਜ਼ਮ ਬਣਿਆ ਹੋਰ ਕੀ ਕਰਨਾ ਸੀ ਤਿੰਨ ਵਾਰੀ ਵਜ਼ੀਰ ਆਜ਼ਮ ਬਣਿਆ ਜਦੋਂ ਜੇਲ੍ਹ ਦੇ ਵਿੱਚ ਸੀ ਉਦੋਂ ਤੇ ਇੰਜ ਰੋਂਦਾ ਸੀ ਜਿਵੇਂ ਸਾਰੇ ਨੇ ਹੁਣ ਜਿਹੜਾ ਕਿ ਨਹੀਂ ਉਹ ਫੇਰ ਆ ਗਿਆ ਹੁਣ ਸਾਰੇ ਜ਼ਿੰਦਾ ਹੋ ਗਏ ਨੇ ਕਿਉਂ ਕਿ ਸੱਜੇ ਖੱਬਿਓਂ ਜਿਹੜਾ ਕਿ ਨਹੀਂ ਗੋਲੀਆਂ ਚਲਾਉਣ ਵਾਲੇ ਫਿਰ ਉਹਨੇ ਪੈਦਾ ਕਰ ਲੈਣੇ ਨੇ ਰੁਪਈਏ ਖਰਚ ਕਰਕੇ ਇਹਨੇ ਰੁਪਈਏ ਆ ਨਹੀਂ ਉਹਦੇ ਕੋਲ ਰੁਪਈਏ ਵਾਧੂ ਨੇ ਉਹਦੇ ਕੋਲ ਬਾਹਰ ਰੁਪਈਏ ਆ ਨੇ ਇੰਡੀਆ ਦੇ ਵਿੱਚ ਆਉਂਦੀਆਂ ਕਿੰਨੀਆਂ ਮਿਲਾਂ ਨੇ ਪਤਾ ਨਹੀਂ ਆਉਂਦੀਆਂ ਦੁਬਈ ਦੇ ਵਿੱਚ ਕਿੰਨੀਆਂ ਮਿਲਾਂ ਨੇ ਉਹ ਕਿੱਥੋਂ ਆਈਆਂ ਨੇ ਸਾਡਾ ਗਰੀਬਾਂ ਦਾ ਚੋਰੀ ਕੀਤਾ ਹੋਇਆ ਪੈਸਾ ਉਹ ਬਾਹਰ ਲੈ ਗਏ ਨੇ ਔਰ ਲਿਆ ਨਹੀਂ ਸਕਦੇ ਵਾਪਸ ਕਿਵੇਂ ਆਏਗਾ ਵਾਪਸ ਆਏਗਾ ਕਰਦਾ ਲੈ ਕੇ ਉਹਦਾ ਅਸੀਂ ਸਬੂਤ ਦਿਆਂਗੇ ਤੇ ਫਿਰ ਉਹ ਸਾਡੇ ਕੋਲ ਵਾਪਸ ਆਏਗਾ ਇਲੈਕਸ਼ਨ ਹੋਏਗਾ ਕਿਆ ਲੈਕਚਰ ਹੁੰਦਾ ਹੈ ਇਲੈਕਸ਼ਨ 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 ਨਹੀਂ ਹੋਣਾ ਚਾਹੀਏ ਕਿਉਂ ਇਲੈਕਸ਼ਨ ਹੋਗਾ ਤਾਂ ਫਿਰ ਜੋ ਹੈ ਨਾ ਇਹ ਗਰੀਬ ਵਾਂ ਤਬਾਹ ਹੋ ਜਾਏਗੀ ਇਸਕੇ ਬਾਅਦ ਇਹਦਾ ਮਤਲਬ ਸ਼ਬਾਸ਼ ਸ਼ਰੀਫ ਵੀ ਜਿਹੜਾ ਇਤਨੇ ਵਸਾਇਲ ਨਹੀਂ ਹੈ ਸ਼ਬਾਸ਼ ਸ਼ਰੀਫ ਹਮਾਰਾ ਮਾਮਾ ਨਹੀਂ ਲੱਗਦਾ ਕਿ ਉਹ ਵਜ਼ੀਰ ਆਜ਼ਮ ਰਹਿਣਾ ਚਾਹੀਏ ਵਜ਼ੀਰ ਆਜ਼ਮ ਉਹ ਹੋਣਾ ਚਾਹੀਏ ਜੋ ਹਮਾਰੇ ਗਰੀਬ ਆਦਮੀਓ ਕਾ ਦੁੱਖ ਦਰਦ ਸਹੇ ਸਮਝੇ ਕਿਹੜਾ ਜੇ ਹਮੇ ਕਿਆ ਜ਼ਰੂਰਤ ਹੈ ਕਿਸ ਚੀਜ਼ ਕੀ ਜ਼ਰੂਰਤ ਹੈ ਹਮੇ ਕਿਆ ਚਾਹੀਏ ਚਾਚਾ ਕਿਹੜਾ ਇੰਜਦਾ ਹਮੇ ਪਹਿਨਣੇ ਕੇ ਲਈ ਕਿਆ ਚਾਹੀਏ ਹਮਾਰ ਹਮੇ ਪਹਿਨਣੇ ਕੇ ਲਈ ਹਮਾਰੇ ਪਾਸ ਕਪੜਾ ਨਹੀਂ ਹੈ ਕਿਹੜਾ ਇੰਜਦਾ ਚਾਹੀਦਾ ਇਹ ਜੁੱਤੀ ਹੈ ਲੋਕ ਕਹਤੇ ਹੈ ਇਹ ਲੇਡੀਜ਼ ਜੁੱਤੀ ਆਪਨੇ ਕਿਉਂ ਪਹਿਨੀ ਹੋਈ ਹੈ ਮੈਂ ਕਹਤਾ ਹੂੰ ਭਾਈ ਮੈਂ ਗਰੀਬ ਆਦਮੀ ਹੂੰ ਮੈਂ ਅੱਛੀ ਜੁੱਤੀ ਨਹੀਂ ਲੈ ਪਹਿਨ ਸਕਦਾ ਲੈ ਕਰ ਨਹੀਂ ਪਹਿਨ ਸਕਦਾ ਕਿਆ ਕਰੂੰ ਮੈਂ ਇਹ ਲੇਡੀਜ਼ ਜੁੱਤੀ ਹੈ आप देखते हैं कई लोग अच्छा पसंद करते हैं सच पसंद करते हैं कोई लोग जो है वो झूठ को ज्यादा पसंद किया जाता है बदलेगा है जी निजाम बदलेगा मुल्क का निजाम तब तक नहीं बदल सकता जब तक इस मुल्क में चोर और डाकुओं की हुकूमत है सर कैसे मिजाज है आपकी खैरियत से आप ठीक सर इलेक्शन हो जाएगा सुप्रीम कोर्ट का फैसला तो आ गया लग नहीं रहा सर वो कह रहे हैं हमारी सीटें वो कह रहे हैं हमारी हैं कुछ ऐसे कुछ मसले हुए हैं महंगाई होना चाहिए वैसे दोबारा होना चाहिए एकदम क्या होगा उससे या खान साहब है या दूसरे हैं कोई तो है ना बेहतर जो भी है बेहतर है कोई बेटर है जान छुट्टे किसी को तो छुट्टे कोई तो कोई सही आवे इलेक्शन हो जाएगा भाई होना चाहिए कैसे ओहो आप तो देंगे लेकिन इलेक्शन होगा तो देंगे ना यही गल कर मैं पूछ रहा कि इलेक्शन होएगा होना चाहिए होना चाहिए होएगा कि नहीं होएगा इलेक्शन होएगा किवें होएगा लोग मर रहे गुरबत थोड़ी जी मैं शायद वाकई इन्हें अमीर कबीर आदमी सारे मजदूर मसला असी सोचते नहीं ना है कि महंगाई की बेस की है बेस से तो असं जानते नहीं असं तो बेस वो लाल आला तकरीर सुन एक दूजे दिया वो कहने गया है देखो बेस ही 2018 के मुल कि अच्छा चल रहा है हर तरफ कारोबार ही वेलफेल से तो यकीन करो हर बंदा रोटी खा के सोता से किसी को कोई प्रॉब्लम नहीं हमारे जनरल हजरात साहबान ने जोड़े इन्होंने न्यू बंद लिया के एक नया ही शोशा छड़ता वो ऐसा छड़ा कि अज तक अभी सारी कौम भुगत रही हूँ अगर ना छड़ दे 2022 ਦੇ ਵਿੱਚ ਜਦੋਂ ਸ਼ਬਾਸ਼ ਸ਼ਰੀਫ ਸਾਹਿਬ ਵਜ਼ੀਰ-ਏ-ਆਜ਼ਮ ਬਣੇ ਨੇ ਜੀ ਜੀ ਉਦੋਂ ਜੀਡੀਪੀ ਕੀ ਸੀ ਤੁਹਾਡਾ ਦੇਖੋ ਜੀ ਐਕਸਪੋਰਟ ਕੀ ਸੀ ਤੁਹਾਡੀ ਉਹ ਤਾਂ ਠੀਕ ਹੈ ਖੈਰ ਜੋ ਨਹੀਂ ਠੀਕ ਨਹੀਂ ਨਾ ਹੁਣ ਜਵਾਬ ਦੇ ਕੇ ਉਹ ਦੇਖੋ ਹੁਣ ਜਵਾਬ ਦੇ ਕੇ ਸਰ ਨਹੀਂ 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 ਮੈਂ ਸੁਣਿਆ ਨਾ ਹੁਣ ਜਵਾਬ ਦੇ ਕੇ ਨਹੀਂ ਨਹੀਂ ਤੁਹਾਡੀ ਐਕਸਪੋਰਟ ਕੀ ਸੀ ਉਸ ਵੇਲੇ ਜੀਡੀਪੀ ਸਾਡੀ ਵਾਕਈ ਐਕਸਪੋਰਟ ਕੀ ਸੀ ਸਾਡੀ ਐਕਸਪੋਰਟ ਵੀ ਠੀਕ ਸੀ ਕੀ ਸੀ ਅਸੀਂ ਇੰਨਾ ਹੀ ਅੱਛੀ ਐਕਸਪੋਰਟ ਨਹੀਂ ਸੀ ਕਿ ਜਿੰਨੇ ਤੁਸੀਂ ਕਿੰਨੀ ਉਹਨੇ ਬਹੁਤ ਹੀ ਅੱਛੀ ਕਹਿ ਸਕੋ ਕਿੰਨੀ ਨਹੀਂ ਇੰਨੀ ਅੱਛੀ ਨਹੀਂ ਸੀ ਰੈਮਿਟੈਂਸ ਕਿੰਨੀ ਸੀ ਦੇਖੋ ਸਾਰੀਆਂ ਚੀਜ਼ਾਂ ਰੈਮਿਟੈਂਸ ਕਿੰਨੀ ਸੀ ਜਦੋਂ ਸਾਰਾ ਕੁਝ ਠੀਕ ਸਾਰਾ ਕੀਤਾ ਕਿ ਨਹੀਂ ਇਹ ਇਮਰਾਨ ਹੀ ਤਾਂ ਕਰ ਗਿਆ ਸਾਰਾ ਬੇੜਾ ਕਰ ਨਹੀਂ 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 ਖਲੋ ਜਾ ਖਲੋ ਜਾ ਖਲੋ ਜਾ ਤੁਸੀਂ ਗੱਲ ਕੀਤੀ ਮੈਂ ਜਨਾਬ ਦੀ ਸੁਣੀ ਹੁਣ ਤੁਸੀਂ ਜਵਾਬ ਦੇਣਾ ਸਵਾਲ ਮੈਂ ਕਰਾਂਗਾ ਹੁਣ ਜਵਾਬ ਤੁਸੀਂ ਦੇਣਾ ਜਦੋਂ ਇਮਰਾਨ ਖਾਨ ਗਿਆ ਉਸ ਮਹੀਨੇ ਉਸ ਸਾਲ ਰੈਮਿਟੈਂਸ ਕਿੰਨੀ ਸੀ ਰੈਮਿਟੈਂਸ ਚਲੋ ਮੈਂ ਦੱਸਣਾ ਆਸਾਨ ਦੱਸਣਾ ਰੈਮਿਟੈਂਸ ਹੁੰਦੀ ਜਿਹੜੇ ਪਾਕਿਸਤਾਨੀ ਬਾਹਰੋਂ ਪੈਸਾ ਪਾਕਿਸਤਾਨ ਕਰਦੇ ਜੀ ਜੀ ਰੈਮਿਟੈਂਸ ਕਿੰਨੀ ਸੀ
ਕਿੰਨੀ ਕੁ ਕੋ 400 ਰੁਪਏ ਆਇਆ ਸੀ ਨਹੀਂ ਨਹੀਂ 5-700 ਆਇਆ ਸੀ 1000 ਰੁਪਏ ਆਇਆ ਸੀ ਹੁਣ ਜਵਾਬ ਸਰ ਜਵਾਬ ਦੇ ਆਏ ਮੈਂ ਸ਼ਾਇ ਨਹੀਂ ਸਰ ਜਨਾਬ ਨੇ ਕੀਤੀ ਮੈਂ ਸੁਣੀ ਮੇਰੀ ਗੱਲ ਸੁਣ ਪਾਕਿਸਤਾਨ ਐਕਸਪੋਰਟ ਕਿੰਨੀ ਸੀ ਐਕਸਪੋਰਟ ਕੀ ਸੀ ਜੀ ਬੰਦਾ ਮਰਦਾ ਪਿਆ ਸੀ ਮੈਂ ਗੱਲ ਤੇ ਮੰਗਾਈ ਹੋ ਰਹੀ ਸੀ ਕਿੱਥੇ ਇਮਰਾਨ ਦੇ ਦੌਰ ਚ ਹੁਣ ਸਭ ਠੀਕ ਹੈ ਉਹਨਾਂ ਦਾ ਕੀਤਾ ਹੈ ਅੱਗੇ ਆ ਰਿਹਾ ਨਾ ਸਾਡੇ ਉਹਨਾਂ ਦਾ ਕੀਤਾ ਅੱਗੇ ਆ ਰਿਹਾ ਉਦੋਂ ਇਸ਼ਾਰੀਆ ਮਹਿੰਗਾਈ ਦਾ ਕੀ ਸੀ ਤੇ ਹੁਣ ਕੀ ਹੈ ਤੇ ਦੇਖੋ ਹੁਣ ਇਸ਼ਾਰੀਆਂ ਦੇ ਵਿੱਚ ਕਹਦੇ ਆ ਤੇ ਬਜਟ ਬਣਾਉਣ ਵਾਲੇ ਜਾਣੇ ਬਜ਼ੁਰਗ ਕੋ ਮੇਰੇ ਵੱਡੇ ਭਰਾ ਮੇਰੇ ਬਜ਼ੁਰਗ ਕੋ ਮੇਰੇ ਵੱਡੇ ਭਰਾ ਇੱਕ ਮਿਹਰਬਾਨੀ ਕਰਨੀ ਹੈ ਅੱਜ ਤੋਂ ਬਾਅਦ ਪੜ੍ਹਨਾ ਹੈ ਪੜ੍ਹਨਾ ਹੈ ਅੱਜ ਤੋਂ ਬਾਅਦ ਪੜ੍ਹਨਾ ਹੈ ਅਖਬਾਰ ਪੜ੍ਹਨਾ ਹੈ ਅਖਬਾਰ ਵੀ ਕੋਸ਼ਿਸ਼ ਕਰਨੀ ਹੈ ਕਿ ਇੱਕ ਨਹੀਂ ਇੱਕ ਤੋਂ ਜ਼ਿਆਦਾ ਪੜ੍ਹਨਾ ਹੈ ਠੀਕ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡੇ ਮੁਲਕ ਨਾਲ ਹੋ ਕੀ ਰਿਹਾ ਆਇਨ ਕਹਿੰਦਾ 90 ਦਿਨ ਚ ਇਲੈਕਸ਼ਨ ਆਇਨ ਕਹਿੰਦਾ ਲੇਕਿਨ ਮੁਲਕ ਦਾ ਹਿਸਾਬ ਨਿਛੇ ਗਿਆ ਕਿ ਅਸੀਂ 90 ਦਿਨ ਚ ਇਲੈਕਸ਼ਨ ਜਿੱਥੇ ਜਨਾਬੇ ਵਾਲੀ ਜੰਗਾਂ ਮੁੱਕਦੀਆਂ ਨੇ ਨਾ ਅੱਜ ਜੰਗ ਮੁੱਕੇ ਜਦੋਂ ਜੰਗ ਅੱਜ ਮੁੱਕੇ ਤੇ ਸਵੇਰੇ ਇਲੈਕਸ਼ਨ ਕਰਾਉਂਦੇ ਨੇ ਅਗਲੇ ਜਿਹੜੇ ਮੁਲਕ ਦੇ ਰੇਅਰ ਚਾਂਸਸ ਹੈ ਨੋ 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 ਐਵਰੀਵੇਅਰ ਐਵਰੀਵੇਅਰ 75 ਦਾ ਲਾ ਤਾਰੀਖ ਹੈ ਜੇ 88 ਦਾ ਇਲੈਕਸ਼ਨ ਤੁਹਾਡਾ ਅੱਗੇ ਗਿਆ ਹੈ ਸ਼ਬਾਜ਼ ਸ਼ਰੀਫ ਨੂੰ ਬਣਾਣਾ ਹੈ ਆਮਿਰ ਬਣਾ ਲਓ ਉਹਨੂੰ ਕਹੋ ਕਿ ਨਾ ਇਲੈਕਸ਼ਨ ਅੱਗੇ ਲੈ ਜਾ ਭਾਈ ਦੇਖੋ ਮੇਰੀ ਗੱਲ ਕੋਈ ਸ਼ਾਇਦ ਤੇ ਮੰਨੋ ਨਾ ਅੱਲਾ ਵਾਲਿਓ ਕੋਈ ਤੇ ਮੰਨ ਲਓ ਮੇਰੀ ਗੱਲ ਸੁਣ ਆਮਿਰ ਦੀ ਗੱਲ ਮੈਚ ਹੋ ਸਕਦੇ ਨੇ ਅਗਰ ਕੋਈ ਤੇ ਮੰਨ ਲਓ ਅਗਰ ਪਾਕਿਸਤਾਨ ਦੇ ਵਿੱਚ ਮੇਰਾ ਆਪਣਾ ਸਾਥੀ ਹਰ ਬੰਦੇ ਦਾ ਆਪਣਾ ਹਾਂ ਤੁਹਾਡਾ ਹੱਕ ਹੈ ਸ਼ਬਾਜ਼ ਸ਼ਰੀਫ ਨੇ ਜੋ ਪੰਜਾਬ ਦੇ ਵਿੱਚ ਕਰਤਾ ਸੀ ਨਾ ਉਹ ਅੱਜ ਕੀ ਕਰਦਾ ਸੀ ਮੈਂ ਕਹਿੰਦਾ ਸੜਕਾਂ ਬਣਾ ਕੇ ਇੱਕ ਮਿੰਟ ਠਹਿਰ ਜਾ ਹੁਣ ਮੈਂ ਤੁਹਾਡਾ ਸਿਰ ਬਣਾਤਾ ਮੇਰੀ ਗੱਲ ਸੁਣ ਪਹਿਲੇ ਗੱਲ ਬਣ ਯਾਰ ਹੁਣ ਇੱਕ ਗੱਲ ਕਰ ਮੋਟਰਵੇ ਬਣਾਤੇ ਮੋਟਰਵੇ ਨੂੰ ਬਿਜਲੀ ਦਾ ਬਹਰਾਨ ਕਿੰਨਾ ਸੀ ਪੀਪਲ ਪਾਰਟੀ ਦਾ ਉਸ ਦੌਰ ਚ ਤੇ ਬਹਰਾਨ ਬਿਲਕੁਲ ਯਾਨੀ ਕਿ ਬਿਹਤਰ ਖਤਮ ਕਰਤਾ ਸੀ ਸਭ ਬਿਹਤਰੀਨ ਸਭ ਕੁਝ ਹੋ ਗਿਆ ਹੋ ਗਿਆ ਜਦੋਂ ਇਮਰਾਨ ਸਾਹਿਬ ਆਏ ਨੇ ਸਾਰੇ ਫੇਲ ਲੋਡ ਸ਼ੇਡਿੰਗਾਂ ਸ਼ੁਰੂ ਹੋ ਗਈਆਂ ਸੀ ਨਹੀਂ ਜੀ ਨਹੀਂ ਨਹੀਂ ਜੀ ਜੀ ਨਹੀਂ ਜੀ ਨਹੀਂ ਜੀ ਨਹੀਂ ਜੀ ਦੂਜੇ ਮੁਲਕ ਨੇ ਜੀ ਨਹੀਂ ਜੀ ਜੀ ਨਹੀਂ ਜੀ ਇਸ ਮੁਲਕ ਚ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਅਰਾ ਸੁਣੋ ਜਿਹੜੇ ਤੁਹਾਡੇ ਬਿਜਲੀ ਦੇ ਸਾਰੇ ਹੋਏ ਸਨ ਮੁਆਹਦੇ ਉਹ ਇਮਰਾਨ ਖਾਨ ਨੇ ਕੀਤੇ ਸਨ ਆ ਕੇ ਕਿ ਬਿਜਲੀ ਕਿੰਨੇ ਤੇ ਫਲਾਣਾ ਕਾਰਖਾਨਾ ਵੇਚੇਗਾ ਉਹ ਕੌਣ ਕਰਕੇ ਗਿਆ ਸੀ ਲੇਕਿਨ ਕੁਝ ਯੂਨਿਟ ਤੇ ਲਾਉਂਦਾ ਨਾ ਕੁਝ ਕੰਮ ਤੇ ਕਰਦਾ ਨਾ ਇਹਨੇ ਤੇ ਇੱਕ ਯੂਨਿਟ ਨਹੀਂ ਡੈਮ ਡੈਮ ਸਮਾਲ ਡੈਮ ਕਿਨੇ ਸਟਾਰਟ ਕੀਤੇ ਜਿਹੜੇ ਜਿਹਨਾਂ ਦੀ ਇਫਤਤਾ ਅਗਲੇ ਦਿਨ ਗੱਲਾਂ ਹੀ ਗੱਲਾਂ ਸੀ ਇਫਤਤਾ ਅਗਲੇ ਦਿਨ ਵਜ਼ੀਰ ਆਜ਼ਮ ਸਾਹਿਬ ਕਰਕੇ ਆਏ ਜੇ ਇਫਤਤਾ ਤੱਕ ਸ਼ਬਾਜ਼ ਸ਼ਰੀਫ ਸਾਹਿਬ ਕਰਕੇ ਆਏ ਜੇ ਮੁਕੰਮਲ ਹੋ ਗਿਆ ਪਾਣੀ ਛੱਡਦਾ ਡੈਮ ਵਿੱਚ ਉਹ ਪਾਣੀ ਆ ਗਿਆ ਉਹਦੇ ਵਿੱਚ ਪਾਣੀ ਆ ਗਿਆ ਹੋਰ ਕੀ ਕਰਾਂ ਪਾਣੀ ਕੀ ਕਰੀਏ ਵੀ ਬਣਾਇਆ ਸਾਹਿਬ ਹੁਣ ਸਾਨੂੰ ਤਾਂ ਬਿਜਲੀ ਚਾਹੀਦੀ ਸੀ ਨਾ ਫਿਗਰ ਹੀ ਸੁਣ ਰਹੇ ਹੁਣ ਅੱਗੇ ਆ ਜਾ ਤੁਸੀਂ ਆ ਜਾ ਹੁਣ ਤੁਸੀਂ ਡਿਸਾਈਡ ਹੋ ਜਾ ਹੁਣ ਅੱਗੇ ਆ ਜਾ ਜੁਮਾਨੀ ਵਾਲਾ ਮੈਂ ਬਿਲਕੁਲ ਕਰਾਂਗਾ ਮੈਂ ਬਿਲਕੁਲ ਕਰਾਂਗਾ ਜਿੱਥੇ ਤੁਸੀਂ ਗੱਲਾਂ ਤੋਂ ਤੁਹਾਨੂੰ ਮੈਂ ਬਿਲਕੁਲ ਕਰਾਂਗਾ ਨੋਲੇਜ ਹੈ ਨਾ ਜੀਡੀਪੀ ਹੁਣ ਅੱਗੇ ਆ ਜਾ ਉਹਨਾਂ ਦੀ ਨੋਲੇਜ ਨਹੀਂ ਹੁਣ ਅੱਗੇ ਆ ਹੁਣ ਮੈਂ ਜਨਾਬ ਦੇ ਨਾਲ ਚੱਲਣਾ ਸਾਡੇ ਤੇ ਹੁਣ ਸੁਣ ਲੈਣਾ ਯਾਰ ਮੇਰਾ ਵੀਰ ਸੁਣ ਲੈ ਸਾਡੇ 300 ਡੈਮ ਨਹੀਂ ਬਣਿਆ ਨਹੀਂ ਬਣਿਆ ਨੌਕਰੀਆਂ ਨਹੀਂ ਲੱਭੀਆਂ ਘਰ ਨਹੀਂ ਲੱਭੇ ਸਾਡੇ ਚੋਂ ਕੋਈ ਇੱਕ ਬੰਦਾ ਰਸੋੜਾ ਕਹਿੰਦਾ ਹੋਏ ਕਿ ਲੱਭੇ ਨੇ ਗਲਤ ਸੀ ਗਲਤ ਵਾਅਦਾ ਕੀਤਾ ਨਹੀਂ ਡਿਲੀਵਰ ਕੀਤਾ ਤੁਹਾਡੇ ਨਾਲ ਆ ਹੁਣ ਆ ਜਾਓ ਵਾਪਸ ਤੁਸੀਂ ਆ ਕੇ ਜਦੋਂ ਮੈਨੂੰ ਇੱਕ ਚੀਜ਼ ਵੇਚੋਗੇ ਨਾ ਕਿ 18 ਤੋਂ ਪਹਿਲੇ ਸਭ ਕੁਝ ਠੀਕ ਥਾ ਔਰ 18 ਮੇਂ ਜਬ ਗਵਰਨਮੈਂਟ ਚੇਂਜ ਹੋ ਗਈ ਤਾਂ ਫਿਰ ਸਭ ਕੁਝ ਖਰਾਬ ਹੋ ਗਿਆ 18 ਤੋਂ 21 ਤੁਹਾਡੇ ਪਿਛਲੇ 35 ਸਾਲ ਦਾ ਐਕਸਪੋਰਟਸ ਦਾ ਸਭ ਤੋਂ ਵੱਡਾ ਗ੍ਰਾਫ ਹੈ ਤੁਹਾਡੀ ਸਪਾਈਸ ਇੰਡਸਟਰੀ ਜਿਹੜੇ ਤੇ ਪਾਕਿਸਤਾਨ ਕੁਝ ਤੁਰਦਾ ਸੀ ਉਹ ਟੈਕਸਟਾਈਲ ਹੁੰਦੀ ਸੀ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਦੌਰੇ ਜੋ ਇੰਡਸਟਰੀ ਤਬਾਹ ਹੋਈ ਸੀ ਅੱਛਾ 2018 ਤੋਂ ਬਾਅਦ 20 ਦੇ ਵਿੱਚ ਆ ਕੇ ਗੌਰ ਇਜਾਜ਼ ਸਾਹਿਬ ਤਰੀਕੇ ਇਨਸਾਫ ਦੇ ਨਹੀਂ ਨੇ ਅਰ ਤੁਹਾਡੇ ਚੇਅਰਮੈਨ ਸਾਬਕਾ ਉਹਨਾਂ ਦੇ ਨੂਨ ਲੀਗ ਨਾਲ ਤਲਕਾ ਜ਼ਿਆਦਾ ਬਿਹਤਰ ਨੇ ਗੌਰ ਇਜਾਜ਼ ਸਾਹਿਬ ਦਾ ਕੋਈ ਇੰਟਰਵਿਊ ਸੁਣ ਲਓ ਔਰ ਗੌਰ ਇਜਾਜ਼ ਸਾਹਿਬ ਬਾਰ-ਬਾਰ ਕਹਿੰਦੇ ਨੇ ਕਿ ਸਾਡੇ 35 ਸਾਲ ਤੋਂ ਸਭ ਤੋਂ ਜ਼ਿਆਦਾ ਐਕਸਪੋਰਟ ਇਸ ਸਾਲ ਹੋਈ ਜਿਹੜਾ ਕ੍ਰੈਡਿਟ ਹੈ ਕਿਸੇ ਦਾ ਉਹਨੂੰ ਕ੍ਰੈਡਿਟ ਦਿਓ ਜਿੱਥੇ ਤਨਕੀਦ ਬਣਦੀ ਹੈ ਉੱਥੇ ਤਨਕੀਦ ਕਰੋ ਦੇ ਦਿਓ ਉਹਦੇ ਤੇ ਕਰੋ ਮੰਨ ਲਈ ਹਾਂ ਹੁਣ ਗੱਲ ਕਰੋ ਸੀ ਐਕਸਪੋਰਟ ਦੇ ਜੋ ਜੋ ਗੱਲਾਂ ਕੀਤੀਆਂ ਚਾਰ ਮਾਮਲੇ ਅੱਛੇ ਨੇ ਤੇ ਜਿਹੜੇ ਪੈੜੇ ਮਾਮਲੇ ਨੇ ਮੈਂ ਪਹਿਲੇ ਕਿਹਾ ਉਹ ਵੀ ਡਿਸਕਸ ਕਰੋ ਨਾ ਕਿ ਕਰਜ਼ੇ ਕਿੱਥੇ ਗਏ ਸਨ ਪਹਿਲੇ ਕੀਤਾ ਇਹ 3 ਸਾਲਾਂ ਚ ਕਰਜ਼ ਕਿੱਥੇ ਗਏ ਮੈਂ ਪਹਿਲੇ ਕੀਤਾ ਉਹ ਲੱਗੇ ਕਿੱਥੇ ਨੇ ਕਰਜ਼ੇ ਮੈਂ ਪਹਿਲੇ ਕੀਤਾ ਮੈਂ ਦੱਸਣਾ ਕਿੱਥੇ ਲੱਗੇ ਉਹ ਕਿੱਥੇ ਲੱਗੇ ਮੈਂ ਦੱਸਣਾ ਨਾ ਜਨਾਬ ਨੂੰ ਦੱਸਣਾ ਕੋਵਿਡ ਆਇਆ ਅੱਛਾ ਠੀਕ ਹੈ ਜਿਹੜਾ 2000 ਰੁਪਇਆ ਤੁਹਾਡੀ ਮੌਜੂਦਾ ਵਜ਼ੀਰੇ ਨਸ਼ਰੀਆਤ ਨੇ ਇਤਲਾਤ ਤੋਂ ਨਸ਼ਰੀਆਤ 2000 ਰੁਪਇਆ ਹਕੂਮਤ ਪਾਕਿਸਤਾਨ ਦੇਗੀ ਉਹ 25000 ਰੁਪਇਆ ਪਿਛਲੀ ਹਕੂਮਤ ਦੇ ਰਹੀ ਸੀ ਅੱਛਾ ਠੀਕ ਹੈ ਅਹਿਸਾਸ ਪ੍ਰੋਗਰਾਮ ਸੀ ਉਹਦੇ ਵਿੱਚ ਤੁਹਾਡੇ ਕੋਵਿਡ ਦੇ ਵਿੱਚ ਸਾਰੇ ਜਿਹੜੇ ਸਨ ਨਾ ਐਕਸਪੈਂਸ ਤੁਹਾਨੂੰ ਇਹ ਪਤਾ ਹੈ ਕਿ ਸਿਰਫ ਤੁਹਾਡੀ ਜਿਹੜੀ ਵੈਕਸੀਨ ਬਾਹਰੋਂ ਖਰੀਦੀ ਸੀ ਪਾਕਿਸਤਾਨ ਨੇ ਕਿੰਨੇ ਦੀ ਆਈ ਜਿਹੜੀ ਵੈਕਸੀਨ ਤੁਹਾਨੂੰ ਮੈਨੂੰ ਲੱਗੀ ਸੀ ਉਹ ਟੀਕੇ ਲੱਗੇ ਸਨ ਜਿਹੜੇ ਉਹ ਕਿੰਨੇ ਸਾਰੀ ਇਮਦਾਦ ਆਈ ਸੀ ਜੀ ਨਹੀਂ ਸਰ ਇਮਦਾਦ ਆਈ ਬਾਅਦ ਦੀਆਂ ਖੇਪਾਂ ਇਮਦਾਦ ਆਈਆਂ ਸਰ ਸਾਰੀ ਇਮਦਾਦ ਆਈ ਸੀ ਬਣੇ ਪਹੁੰਚੀ ਸਾਰਾ ਕੁਝ ਉਹ ਸੇਲ ਸੀ ਨਾ ਭਾਈ ਜੋ ਕਿ ਉਹਨੇ ਪਰਚੇਸ ਕਰਕੇ ਸਾਨੂੰ ਫ੍ਰੀ ਟੀਕੇ ਉਹ ਟੀਕੇ ਵੀ ਬਾਅਦ ਦੀਆਂ ਖੇਪਾਂ ਕਿਸੇ ਨੇ ਲਵਾਏ ਨੇ ਕਿਸੇ ਨੇ ਨਹੀਂ ਲਵਾਏ ਉਹਨਾਂ ਚ ਪਤਾ ਨਹੀਂ ਕੀ ਕਿਹੜੇ ਨਿਕਲੇ ਨੇ ਉਹ ਸਭ ਨੂੰ ਪਤਾ ਨਹੀਂ ਉਹ ਫਿਰ ਤੁਸੀਂ ਕਹਿ ਸਕਦੇ ਹੋ ਉਹ ਤੁਹਾਨੂੰ ਆਪ ਟ੍ਰਿਪਾਂ ਸਾਈਡ ਤੇ ਟੀਕਾ ਖਾਲੀ ਹੋ ਰਿਹਾ ਹੈ ਤੇ ਸ਼ੋ ਹੋ ਰਿਹਾ ਵੀਡੀਓ ਬਣ ਰਹੀ ਜੀ ਉਹ ਪਾਕਿਸਤਾਨੀ ਉਹ ਪਾਕਿਸਤਾਨੀ ਆ ਉਹ ਅਸੀਂ ਬਹੁਤ ਕੁਝ ਕਰਦੇ ਮੁਲਕੋਂ ਬਾਹਰ ਵੀ ਹੈ ਗਲਤ ਹੈ ਦਬਾ ਕੇ ਤਨਕੀਦ ਕਰੋ
ਕੇ ਤਨਕੀਦ ਕਰੋ ਜਿੱਥੇ ਠੀਕ ਹੈ ਉਹਨੂੰ ਮੰਨੋ ਲੇਕਿਨ ਤੁਸੀਂ ਫਿਰ ਐਂਡ ਤੇ ਆ ਜਾਂਦੇ ਆਮ ਇਨਸਾਨ ਗੱਲ ਉਹੀ ਆ ਜਾਂਦੀ ਆਮ ਇਨਸਾਨ ਇਹ ਗੱਲ ਕਰੋ ਨਾ ਮੇਰੇ ਨਾਲ ਇਹ ਗੱਲ ਉਹਦੇ ਲਿਹਾਜ਼ ਨਾਲ ਦਿਹਾੜੀਦਾਰ ਬੰਦਾ ਜਿਹੜਾ ਦਿਹਾੜੀ ਲਾ ਕੇ ਨਾ ਕੁਝ ਰੁਪਈਆ 100 200 ਬਚਾ ਲੈਂਦਾ ਸੀ ਇਹ ਮੇਰੇ ਨਾਲ ਗੱਲ ਅੱਜ ਉਹਦੇ ਕੋਲੋਂ 100 200 ਬਚਾਣਾ ਕਿ ਉਹ 500 ਧਾਰਾ ਫੜ ਕੇ ਖਾ ਰਿਹਾ ਇਹ ਮੇਰੇ ਨਾਲ ਗੱਲ ਕਰੋ ਇਹ ਮੇਰੇ ਨਾਲ ਗੱਲ ਕਰੋ ਜਿਹੜੇ ਕਿ ਤੁਹਾਡੇ ਲੈਵਲ ਦੀ ਗੱਲ ਹੈ